ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈੱਲ ਦੇ ਆਈਕੋਨ 'ਤੇ ਕਲਿੱਕ ਕਰੋ, ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਆਹ ਦੇਖੋ ਵੀਰੋ, ਜੀਰੀ ਮਸ਼ੀਨ ਨਾਲ ਬੀਜੀ ਹੋਈ, ਕੋਈ ਕੱਦੂ ਨਹੀਂ ਕੀਤਾ, ਕਿਸੇ ਭਈਏ ਤੋਂ ਨਹੀਂ ਲਵਾਈ। ਇੱਕ ਵਾਰ ਤਵੀਆਂ ਕੱਢ ਕੇ ਸੁਹਾਗਾ ਮਾਰ ਕੇ ਸੁੱਕੀ ਜੀਰੀ ਬੀਜਤੀ, ਅਜੇ ਬੀਜੀ ਨੂੰ 10 ਦਿਨ ਹੋਏ ਨੇ। ਤੁਸੀਂ ਦੇਖੋ ਜੀਰੀ ਕਿੰਨੀ ਵਧੀਆ ਨਿਕਲੀ ਹੈ। ਅਸੀਂ ਨੇ ਘੱਟੋ ਘੱਟ 10 ਕਿੱਲੇ ਬੀਜਤੇ ਇਹਦੇ ਨਾਲ, ਬਹੁਤ ਹੀ ਵਧੀਆ ਤਰੀਕਾ, ਬਹੁਤ ਘੱਟ ਖਰਚਾ ਆਉਂਦਾ। ਅਸੀਂ ਪਿਛਲੇ 4 ਸਾਲਾਂ ਤੋਂ ਸੁੱਕੀ ਜੀਰੀ ਬੀਜਦੇ ਆਉਂਦੇ ਹਾਂ। ਆਹ ਦੇਖ ਲਓ ਕਿੰਨੀ ਵਧੀਆ ਨਿਕਲੀ ਹੈ, ਤੁਸੀਂ ਧਿਆਨ ਨਾਲ ਦੇਖੋ। ਆਹ ਸਾਰੇ ਕਿਤੇ ਸੁੱਕੀ ਜੀਰੀ ਬੀਜੀ ਹੋਈ ਹੈ, ਕੋਈ ਕੱਦੂ ਨਹੀਂ ਕੀਤਾ, ਕਿਸੇ ਭਈਏ ਤੋਂ ਨਹੀਂ ਲਵਾਈ। ਇੱਕ ਵਾਰ ਤਵੀਆਂ ਕੱਢ ਕੇ ਸਾਗਾ ਮਾਰ ਕੇ ਮਸ਼ੀਨ ਨਾਲ ਬੀਜਤੀ, ਉਦੋਂ ਬਾਅਦ ਲਾਤਾ ਪਾਣੀ। ਤੁਸੀਂ ਦੇਖੋ ਸਾਰੇ ਕਾਸੇ ਦੀ ਬੱਚਤ ਹੈ, ਖਰਚਾ ਬਹੁਤ ਘੱਟ ਆਉਂਦਾ, ਪਾਣੀ ਦੀ ਖਪਤ ਘੱਟਦੀ ਹੈ, ਡੀਜ਼ਲ ਘੱਟ ਮੱਚਦਾ। ਅਤੇ 10 ਕੁ ਦਿਨ ਹੋਏ ਨੇ ਹਜੇ ਲਾਈ ਨੂੰ, ਤੁਸੀਂ ਦੇਖੋ ਕਿੰਨੀ ਵਧੀਆ ਖੜੀ ਹੈ ਜੀਰੀ। ਅਤੇ ਬੇਨਤੀ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਪੰਜਾਬ ਦੇ ਕਿਸਾਨ ਇਹ ਕੱਦੂ ਦੇ ਚੱਕਰਾਂ 'ਚੋਂ ਨਿਕਲ ਸਕਣ, ਜੋ ਆਪਦੇ ਸਿਰ ਖਰਚਾ ਪਾਉਣੇ ਹੈ। ਦੋਸਤੋ ਤੁਸੀਂ ਦੇਖ ਲਓ ਕਿੰਨੀ ਵਧੀਆ ਜੀਰੀ ਖੜੀ ਹੈ, ਉਹ ਅੱਗੇ ਤੱਕ ਬੀਜੀ ਹੋਈ ਹੈ, 8 ਕਿੱਲੇ ਬੀਜੇ ਨੇ ਸਾਨੂੰ ਪਿਛਲੇ 4 ਸਾਲਾਂ ਤੋਂ ਬੀਜਦੇ ਆ ਰਹੇ ਹਾਂ। ਝਾੜ 'ਚ ਕੋਈ ਫਰਕ ਨਹੀਂ, ਝਾੜ ਉਦੋਂ ਵੱਧਦਾ ਹੀ ਹੈ ਸਮਕਾ ਦੀ, ਖਰਚਾ ਦੁੱਗਣਾ ਘੱਟ ਜਾਂਦਾ, ਨਾ ਕੱਦੂ ਦਾ ਨਾ ਲਵਾਈ ਦਾ, ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ। ਇੱਕ ਵਾਰ ਤਵੀਆਂ ਕੱਢ ਕੇ ਸਾਗਾ ਮਾਰ ਕੇ ਸੁੱਕੀ ਜੀਰੀ ਮਸ਼ੀਨ ਨਾਲ ਬੀਜ ਦਿਓ, ਪਾਣੀ ਲਾ ਕੇ, ਉਦੋਂ ਬਾਅਦ ਰਿਜ਼ਲਟ ਦੇਖੋ। ਆਹ ਦੇਖ ਲਓ ਕਿੰਨੀ ਵਧੀਆ ਖੜੀ ਹੈ, ਹਜੇ 10 ਦਿਨ ਹੋਏ ਨੇ ਬੀਜੀ ਨੂੰ। ਅਤੇ ਆਹ ਨਿਗਾਹ ਮਾਰ ਲਓ ਸਾਰੇ ਪਾਸੇ, ਤੁਹਾਨੂੰ ਅੱਗੇ ਵੀ ਦਿਖਾਉਂਦੇ ਹਾਂ ਜਿਹ 'ਚ ਪਾਣੀ ਖੜ੍ਹਾ, ਅੱਗੇ ਦਿਖਾਉਂਦੇ ਹਾਂ। ਆਹ ਦੇਖ ਲਓ ਕਿੰਨੀ ਸੋਹਣੀ ਖੜੀ ਹੈ ਜੀਰੀ, ਖੁੱਡੀ ਖੁੱਡੀ ਬੀਜੀ ਹੋਈ ਆ ਕਣਕ ਵਾਂਗੂ ਮਸ਼ੀਨ ਨੇ। ਆਹ ਵੀ ਜੀਰੀ ਮਸ਼ੀਨ ਨਾਲ ਬੀਜੀ ਹੋਈ ਹੈ, ਇਹ 'ਚ ਹਜੇ ਪਾਣੀ ਲਾਇਆ। ਤੁਸੀਂ ਦੇਖੋ ਕਿੰਨੀ ਵਧੀਆ ਖੜੀ ਹੈ ਜੀਰੀ, ਇਹ ਵੀ ਮਸ਼ੀਨ ਨਾਲ ਬੀਜੀ ਹੋਈ ਹੈ, ਇਹਨੂੰ ਹਜੇ ਰਾਤੀ ਪਾਣੀ ਲਾਇਆ। ਆਹ ਦੇਖ ਲਓ ਰਿਜ਼ਲਟ ਬਹੁਤ ਵਧੀਆ ਨੇ, ਖਰਚਾ ਘੱਟ ਜਾਂਦਾ। ਇੱਧਰ ਨਾਲ ਹੀ ਇਹਨੂੰ ਪਾਣੀ ਲੱਗ ਚੁੱਕਿਆ, ਇਹ ਵੀ ਜੀਰੀ ਬਹੁਤ ਵਧੀਆ ਨਿਕਲਦੀ ਆ ਰਹੀ ਹੈ। ਤੁਸੀਂ ਦੇਖੋ ਵੀਡੀਓ 'ਚ, ਤੁਹਾਨੂੰ ਮੈਂ ਲਵੇ ਦਿਖਾ ਰਿਹਾ, ਦੂਰ ਪਤਾ ਨਹੀਂ ਲੱਗਦਾ, ਦੇਖ ਲਓ ਵੀਡੀਓ। ਅਤੇ ਇੱਕ ਤੁਹਾਨੂੰ ਬੇਨਤੀ ਹੈ, ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਕਿਸਾਨਾਂ ਨੂੰ ਆਹ ਜਿਹੜੀ ਲੇਬਰ ਦੀ ਮਾਰ, ਡੀਜ਼ਲ ਦੀ ਮਾਰ ਪੈਂਦੀ ਹੈ, ਇਹ ਤੋਂ ਬਚ ਸਕੀਏ ਅਤੇ ਆਹ ਕੱਦੂ ਦੇ ਚੱਕਰਾਂ 'ਚੋਂ ਨਿਕਲ ਜਾਈਏ, ਜਿਹਦੇ ਨਾਲ ਪਾਣੀ ਦੀ ਸੇਵਿੰਗ ਵੀ ਹੁੰਦੀ ਹੈ ਅਤੇ ਪੈਸੇ ਦੀ ਸੇਵਿੰਗ ਵੀ ਹੁੰਦੀ ਹੈ। ਅਤੇ ਆਹ ਦੇਖ ਲਓ ਵੀਡੀਓ, ਬੇਨਤੀ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਤੁਹਾਨੂੰ ਜਦੋਂ ਇਹ 10 ਕੁ ਦਿਨਾਂ ਬਾਅਦ ਹੋਰ ਵੀਡੀਓ ਪਾਵਾਂਗੇ, ਤੁਸੀਂ ਕਮੈਂਟ ਬਾਕਸ ਵਿੱਚ ਦੱਸਿਓ।
ਜੇ ਤੁਸੀਂ ਕਹੋਗੇ ਤਾਂ ਵੀਡੀਓ ਪਾਵਾਂਗੇ 10 ਕੁ ਦਿਨਾਂ ਨੂੰ। ਅਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।